ਇਹ ਸਾਡੇ ਜਿਹੜੇ ਇਹ ਪ੍ਰਿੰਦਰ ਆਪਣੇ ਪ੍ਰਿੰਦਰ ਸਿੰਘ ਜੋ ਰਾਜ ਹੈ ਸੱਚ ਕਾਠਗੜ੍ਹ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਬਹੁਤ ਵਧੀਆ ਸ਼ਲਾਘਾਯੋਗ ਆ ਔਰ ਜਿੱਦਾਂ ਨਸ਼ਿਆਂ 'ਤੇ ਕੰਟਰੋਲ ਕਰ ਰਹੇ ਆ ਨੱਤ ਪਾ ਰਹੇ ਆ ਔਰ ਜਿਹੜਾ ਮੇਨ ਜਿੱਦਾਂ ਫੜਨਾ ਉਹਨੂੰ ਤਾਂ ਫੜਨਾ ਪੈਣਾ ਸਪਲਾਇਰ ਤੱਕ ਵੀ ਕੋਸ਼ਿਸ਼ ਕਰਦੇ ਪਹੁੰਚਣ ਦੀ ਬੱਚੇ ਭਾਅ ਜੀ ਸਾਡਾ ਭਵਿੱਖ ਆ ਜੀ ਆਉਣ ਵਾਲੀ ਸਾਡੀ ਸ਼ਾਨ ਉਹ ਆ ਜੀ ਜੇ ਸਾਡੇ ਬੱਚੇ ਗਲਤ ਪਾਸੇ ਰੁਲ ਗਏ ਇਹਨਾਂ ਵਰਗੇ ਅਫਸਰ ਆਉਣ ਜਿਹੜੇ ਨਸ਼ੇ ਨੂੰ ਠੱਲ ਪਾਉਣ ਅਤੇ ਸਾਡੇ ਬੱਚੇ ਸਾਡੇ ਪਰਿਵਾਰ ਵਿੱਚ ਰਲ ਮਿਲ ਕੇ ਖੁਸ਼ੀ ਰਹਿਣ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਿਸਾਨ ਜਥੇਬੰਦੀ ਦੇ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਔਜਲਾ ਨੇ ਕਾਠਗੜ੍ਹ ਥਾਣੇ ਪਹੁੰਚ ਕੇ SHO ਥਾਣਾ ਕਾਠਗੜ੍ਹ ਇੰਸਪੈਕਟਰ ਪਰਮਿੰਦਰ ਸਿੰਘ ਰਾਏ ਦਾ ਸਨਮਾਨ ਕੀਤਾ। ਕਿਸਾਨ ਜਥੇਬੰਦੀ ਦੇ ਮੈਂਬਰਾਂ ਨੇ SHO ਪਰਮਿੰਦਰ ਸਿੰਘ ਰਾਏ ਵੱਲੋਂ ਜੋ ਲੋਕਾਂ ਲਈ ਵਧੀਆ ਕੰਮ ਕੀਤੇ ਜਾ ਰਹੇ ਨੇ ਉਹਨਾਂ ਦੀ ਖੂਬ ਸ਼ਲਾਘਾ ਕੀਤੀ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਦਿਨ ਦਾ SHO ਪਰਮਿੰਦਰ ਸਿੰਘ ਰਾਏ ਨੇ ਆਪਣਾ ਅਹੁਦਾ ਸੰਭਾਲਿਆ ਹੈ ਉਸ ਦਿਨ ਤੋਂ ਪੂਰੇ ਨਵਾਂਸ਼ਹਿਰ ਜ਼ਿਲ੍ਹੇ ਦੇ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਅਤੇ ਬਾਕੀ ਨਸ਼ਾ ਤਸਕਰਾਂ ਨੂੰ ਭਾਜੜਾ ਪੈ ਗਈਆਂ ਅਤੇ ਇਸ ਸੰਬੰਧੀ ਕਿਸਾਨ ਜਥੇਬੰਦੀ ਵੱਲੋਂ ਸਨਮਾਨਿਤ ਕਰਕੇ ਸੀਨੀਅਰ ਅਫਸਰਾਂ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਜੁੰਝਾਰੂ ਨੌਜਵਾਨ ਅਤੇ ਇਮਾਨਦਾਰ ਅਫਸਰਾਂ ਦੀ ਲੋੜ ਹੈ ਤਾਂ ਹੀ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ ਅਤੇ ਸਾਡਾ ਦੇਸ਼ ਖੁਸ਼ਹਾਲ ਹੋ ਸਕਦਾ ਹੈ। ਅੱਜ ਤੁਸੀਂ ਕਾਠਗੜ੍ਹ ਪੁਲਿਸ ਸਟੇਸ਼ਨ ਵਿੱਚ ਆਏ ਹੋ ਸਾਰੇ ਜਣੇ ਕਿਸਾਨ ਇਕੱਠੇ ਹੋ ਕੇ, ਕੀ ਗੱਲ ਦੱਸੋ ਜੀ, ਬੜੀ ਜਾਣਕਾਰੀ ਦਿਓ ਜਿਹੜਾ ਜੀ। ਅੱਜ ਅਸੀਂ ਜੀ ਕਈ ਦਿਨ ਤੋਂ ਪ੍ਰੋਗਰਾਮ ਬਣਾ ਰਹੇ ਸੀ ਅਤੇ ਸਾਡੇ ਜਿਹੜੇ ਇਹ ਪਰਮਿੰਦਰ ਆਪਣੇ ਪਰਮਿੰਦਰ ਸਿੰਘ ਜੀ ਉਹ ਰਾਏ ਆ SHO ਕਾਠਗੜ੍ਹ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਬਹੁਤ ਵਧੀਆ ਸ਼ਲਾਘਾਯੋਗ ਆ ਔਰ ਜਿੱਦਾਂ ਨਸ਼ਿਆਂ 'ਤੇ ਕੰਟਰੋਲ ਕਰ ਰਹੇ ਆ ਨੱਤ ਪਾ ਰਹੇ ਆ ਔਰ ਜਿਹੜਾ ਮੇਨ ਜਿੱਦਾਂ ਫੜਨਾ ਉਹਨੂੰ ਤਾਂ ਫੜਨਾ ਪੈਣਾ ਸਪਲਾਇਰ ਤੱਕ ਵੀ ਕੋਸ਼ਿਸ਼ ਕਰਦੇ ਪਹੁੰਚਣ ਦੀ। ਲੇਕਿਨ ਅਸੀਂ ਮੈਂ ਆਪਣੇ ਜ਼ਿਲ੍ਹੇ ਦੇ SSP ਸਾਹਿਬ ਨੂੰ ਔਰ DSP ਸਾਹਿਬ ਨੂੰ ਇਹਨਾਂ ਸਾਰਿਆਂ ਨੂੰ ਮੈਂ ਇਹ ਬੇਨਤੀ ਕਰਦਾ, ਸਰਕਾਰ ਨੂੰ ਵੀ ਕਰਦਾ, ਵੀ ਇੱਦਾਂ ਦੇ ਇਮਾਨਦਾਰ ਅਫਸਰ ਸਾਨੂੰ ਚਾਹੀਦੇ ਲਾਜ਼ਮੀ, ਤਾਂ ਕਿ ਸਾਡਾ ਜਿਹੜਾ ਆਉਣ ਵਾਲਾ ਜਿੱਦਾਂ ਨਸ਼ਿਆਂ ਦੇ ਵਿੱਚ ਅਸੀਂ ਸਾਡੇ ਜਿਹੜੀ ਬੱਚੇ ਅੱਜ ਗਲਤਾਨ ਹੋ ਰਹੇ ਉਹਨਾਂ ਦਾ ਬਚਾਅ ਹੋ ਸਕਦਾ ਇੱਦਾਂ ਦੇ ਅਫਸਰ ਲੱਗਣ, ਤਾਂ ਕਿ ਸਰਕਾਰ ਦੀ ਕੋਸ਼ਿਸ਼ ਚਾਹੀਦੀ ਹੈ ਵੀ ਵੱਧ ਤੋਂ ਵੱਧ ਇਮਾਨਦਾਰ ਅਫਸਰ ਲੱਗਣ ਔਰ ਇਹ ਵੀ ਤਨਦੇਹੀ ਨਿਵਾਉਣ, ਤਾਂ ਕਿ ਸਾਡਾ ਜਿਹੜਾ ਏਰੀਆ ਆ ਇਹ ਸਾਡਾ ਇੱਕ ਪਹਿਲਾਂ ਗਰੀਬੀ ਸੀਗੀ ਬਹੁਤ ਜ਼ਿਆਦਾ, ਲੇਕਿਨ ਕੁਛ ਬੱਚੇ ਗਲਤ ਪਾਸੇ ਚੱਲ ਗਏ, ਗਾਈਡ ਹੋ ਗਏ ਕਿੱਦਾਂ ਵੀ ਹੋ ਗਿਆ, ਲੇਕਿਨ ਉਹਨਾਂ 'ਤੇ ਕੰਟਰੋਲ ਕਰਕੇ ਸਮਝਾ ਕੇ ਕਿਸ ਤਰ੍ਹਾਂ ਵੀ ਉਹਨਾਂ ਨੂੰ ਮੁੜ ਕੇ ਵਾਪਸ ਲਿਆਉਂਦਾ ਜਾਣਾ ਚਾਹੀਦਾ, ਤਾਂ ਕਿ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਇੱਥੇ ਜਿੱਦਾਂ ਬੱਚਾ ਕੋਲ ਰਹਿਣ ਨੂੰ ਅੱਜ ਤਿਆਰ ਨਹੀਂ, ਸਾਰੇ ਵਿਦੇਸ਼ ਨੂੰ ਦੌੜੇ ਹੋਏ ਆ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਦ ਇੱਥੇ ਬੱਚਾ ਨਹੀਂ ਹੋਊਗਾ ਤਾਂ ਕਾਰੋਬਾਰ ਕਿੱਦਾਂ ਚੱਲੂਗਾ ਜੀ। ਤੁਹਾਡਾ ਮਤਲਬ ਤੁਸੀਂ ਇਹਨਾਂ ਦੇ ਜਿਹੜੇ ਜਿੰਨੇ ਜਦੋਂ ਦੇ ਆਏ ਹੋ ਇਹਨਾਂ 'ਚ ਰਿਕਵਰੀਆਂ ਕੀਤੀਆਂ ਨੇ ਉਹ ਤੋਂ ਕਾਫ਼ੀ ਤੁਸੀਂ ਸਾਰੇ ਇਲਾਕੇ ਵਾਲੇ ਕਿਸਾਨ ਜਾਂ ਹੋਰ ਬੰਦੇ ਪ੍ਰਸੰਨ ਇਹਨਾਂ ਤੋਂ ਬਹੁਤ ਮੈਂ ਤਾਂ ਫੋਨ ਕਰਕੇ ਜ਼ਿਲ੍ਹੇ ਦੇ ਵਿੱਚ ਬੰਦੇ ਇੱਦਾਂ ਦੇ ਹੋਣੇ ਚਾਹੀਦੇ ਇਮਾਨਦਾਰ ਅਫਸਰ, ਇਹਨਾਂ ਨੇ ਜਦੋਂ ਦੇ ਵੀ ਆਏ ਨੇ ਕਾਫ਼ੀ ਰਿਕਵਰੀਆਂ ਕੀਤੀ ਇਹਨਾਂ ਨੇ, ਜਿਹੜੀ ਕਿ ਹੁਣ ਤੱਕ ਕਿਸੇ ਥਾਣੇਦਾਰ ਨੇ ਇੰਨੀ ਕੀਤੀ ਨਹੀਂ ਹੈ ਜਿੰਨੀ ਇਹਨਾਂ ਨੇ ਰਿਕਵਰੀ ਕੀਤੀ। ਉਸ ਬੱਚੇ ਬੱਚੇ ਭਾਅ ਜੀ ਸਾਡਾ ਭਵਿੱਖ ਆ ਜੀ, ਆਉਣ ਵਾਲੀ ਸਾਡੀ ਸ਼ਾਨ ਉਹ ਆ ਜੀ, ਜੇ ਸਾਡੇ ਬੱਚੇ ਗਲਤ ਪਾਸੇ ਰੁਲ ਗਏ ਇਹਨਾਂ ਵਰਗੇ ਅਫਸਰ ਆਉਣ ਜਿਹੜੇ ਨਸ਼ੇ ਨੂੰ ਠੱਲ ਪਾਉਣ ਅਤੇ ਸਾਡੇ ਬੱਚੇ ਸਾਡੇ ਪਰਿਵਾਰ ਵਿੱਚ ਰਲ ਮਿਲ ਕੇ ਖੁਸ਼ੀ ਰਹਿਣ ਜੀ, ਅਤੇ ਸਾਰੇ ਏਰੀਏ ਦੇ ਆਪਣਾ ਜਿੰਨੇ ਵੀ ਆ ਸਾਰੇ ਇਹਨਾਂ ਦਾ ਕੋਟੀ ਕੋਟ ਇਹਨਾਂ ਦਾ ਧੰਨਵਾਦ ਕਰ ਰਹੇ ਹਾਂ ਜੀ ਜੋ ਇਹ ਨਸ਼ੇ ਨੂੰ ਨੱਥ ਪਾ ਰਿਹਾ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ।